ਦੋਸਤੋ, ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ੍ਹ ਯੂਪੀ ਦੇ ਸ਼ਹਿਰ ਝਾਂਸੀ ਦੇ ਵਿੱਚ ਮਹਾਰਾਣੀ ਲਕਸ਼ਮੀ ਬਾਈ ਝਾਂਸੀ ਮੈਡੀਕਲ ਕਾਲਜ ਦੇ ਵਿੱਚ 10 ਨਵਜੰਮੇ ਬੱਚਿਆਂ ਦੀ ਉੱਥੇ ਦੇ ਵਾਰਡ ਦੇ ਵਿੱਚ ਅੱਗ ਲੱਗਣ ਨਾਲ ਬੇਰਹਿਮ ਮੌਤ ਹੋ ਗਈ ਅਤੇ ਜਿਹਦੇ ਨਾਲ ਉੱਥੇ ਬਹੁਤ ਰੋਣ ਕੁਰਲਾਹਟ ਫੈਲ ਗਿਆ। ਅਸਲ 'ਚ ਇਹ ਘਟਨਾ ਪਰਸੋਂ ਰਾਤ ਨੂੰ 10:30 ਵਜੇ 10:45 ਵਜੇ ਦੀ ਦੱਸੀ ਜਾ ਰਹੀ ਹੈ। ਅਤੇ ਉਸ ਘਟਨਾ ਦੇ ਵਿੱਚ ਜਿਹੜਾ ਉਹਨਾਂ ਦਾ ਵਾਰਡ ਦਾ ਨਾਂ ਹੈ ਉਹਨੂੰ ਨੀਕੂ ਕਹਿੰਦੇ ਆ। ਨੀਕੂ ਦਾ ਮਤਲਬ ਹੈ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ, ਜਿੱਥੇ ਨਵੇਂ ਜਿਵੇਂ ਬੱਚਿਆਂ ਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਹਦੇ 'ਚ ਰੱਖਿਆ ਜਾਂਦਾ ਹੈ। ਉਸ ਦੇ ਅੱਗੋਂ ਦੋ ਹਿੱਸੇ ਹੈ, ਇੱਕ ਉਹਦਾ ਅੰਦਰਲਾ ਭਾਗ ਹੈ, ਇੱਕ ਉਹਦੇ ਬਾਹਰਲਾ ਭਾਗ ਹੈ। ਅੰਦਰਲੇ ਭਾਗ ਦੇ ਵਿੱਚ ਜਿਹੜੇ 10 ਬੱਚੇ ਸੀ ਉਹ ਸੜ ਕੇ ਮਾਰੇ ਗਏ, ਜਿਹੜੇ ਬਾਹਰਲੇ ਭਾਗ ਦੇ ਵਿੱਚ 39 ਬੱਚੇ ਸੀ ਉਹਨਾਂ ਨੂੰ ਕੱਢ ਲਿਆ ਗਿਆ, ਚਾਹੇ ਉਹਨਾਂ ਦੇ ਵਿੱਚੋਂ 16 ਬੱਚੇ ਸਖ਼ਤ ਜ਼ਖਮੀ ਨੇ ਹਾਲੇ ਵੀ। ਅਤੇ ਜਿੱਥੇ ਇੱਕ ਪਾਸੇ ਇਸ ਘਟਨਾ ਦੇ ਵਿੱਚ ਜਿਹੜੇ ਮਾਂ ਬਾਪ ਉੱਥੇ ਸੀ ਉਹਨਾਂ ਦਾ ਰੋਣ ਕੁਰਲਾਹਟ ਸੁਣਿਆ ਨਹੀਂ ਜਾਂਦਾ, ਦੇਖਿਆ ਨਹੀਂ ਜਾਂਦਾ, ਉਹਨਾਂ ਨੇ ਆਪਣੇ ਰੋਣ ਕੁਰਲਾਹਟ ਦੇ ਵਿੱਚ ਵੀ ਹੌਸਲਾ ਰੱਖਦਿਆਂ ਹੋਇਆਂ ਬੱਚਿਆਂ ਨੂੰ ਬਾਹਰ ਕਢਾਉਣ ਦੇ ਵਿੱਚ ਮਦਦ ਕੀਤੀ ਹੈ। ਇੱਕ ਜਿਹੜੀ ਉੱਥੇ ਕੰਮ ਕਰਦੀ ਨਰਸ ਹੈ ਮੇਘਨਾ, ਉਹਦੀਆਂ ਲੱਤਾਂ 'ਤੇ ਸੜਨ ਦੇ ਜ਼ਖਮ ਪੈ ਗਏ ਪਰ ਉਹਨੇ ਫਿਰ ਵੀ ਬੱਚਿਆਂ ਨੂੰ ਕਢਾਇਆ। ਸਰਦਾਰ ਕਿਰਪਾਲ ਸਿੰਘ ਜੀ ਉੱਥੇ ਹਾਜ਼ਰ ਸੀ, ਆਪਣੀ ਛੋਟੀ ਬੇਟੀ ਨੂੰ ਲੈ ਕੇ ਗਏ ਹੋਏ ਸੀ, ਉਹਨਾਂ ਨੇ ਵੀ ਤਕਰੀਬਨ 20 ਬੱਚਿਆਂ ਨੂੰ ਬਾਹਰ ਕਢਾਉਣ ਦੇ ਵਿੱਚ ਮਦਦ ਕੀਤੀ ਤਾਂ ਕਿ ਨਾਲ ਦੇ ਵਾਰਡ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਿਆ ਜਾ ਸਕੇ ਅਤੇ ਉਹਨਾਂ ਨੂੰ ਬਚਾਇਆ ਜਾ ਸਕੇ, ਉਹਨਾਂ ਦਾ ਇਲਾਜ ਹੋ ਸਕੇ। ਅਤੇ ਚੰਗੀ ਗੱਲ ਇਹ ਹੈ ਕਿ ਉਹਦੀ ਆਪਣੀ ਬੇਟੀ ਬਚ ਗਈ। ਇੱਕ ਹੋਰ ਲੜਕਾ ਸੁਨੀਲ ਹੈ ਜਿਹੜਾ, ਉਸ ਨੇ ਵੀ ਤਕਰੀਬਨ 4 ਬੱਚਿਆਂ ਨੂੰ ਲੈ ਕੇ ਆਇਆ ਉਹ ਅੰਦਰੋਂ ਕੱਢ ਕੇ, ਬਦਕਿਸਮਤੀ ਨਾਲ ਉਹਦਾ ਆਪਣਾ ਬੇਟਾ ਉਹਨਾਂ 4 'ਚ ਵੀ ਨਹੀਂ ਸੀਗਾ, ਉਹ ਅੰਦਰ ਸੜ ਕੇ ਮਰ ਗਿਆ। ਜਿੱਥੇ ਇਹ ਦੁਖਦਾਈ ਘਟਨਾ ਵਾਪਰ ਰਹੀ ਹੈ ਅਤੇ ਲੋਕ ਇੱਕ ਦੂਜੇ ਦੇ ਦੁੱਖ ਦੇ ਵਿੱਚ ਦੁੱਖ ਮਨਾ ਰਹੇ ਹੈ ਅਤੇ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ ਜਿੰਨੀ ਉਹ ਕਰ ਸਕਦੇ ਆ ਉਹਨਾਂ ਦੇ ਸਮਰੱਥਾ 'ਚ ਹੈ, ਉੱਥੇ ਕੁਝ ਸਵਾਲ ਪੈਦਾ ਹੋ ਰਹੇ ਹੈ। ਪਰਸੋਂ ਰਾਤ ਨੂੰ ਘਟਨਾ ਹੁੰਦੀ ਹੈ ਅਤੇ ਯੋਗੀ ਜੀ ਕੱਲ੍ਹ ਜਿਹੜਾ ਰੋਡ ਸ਼ੋਅ ਕਰ ਰਹੇ ਹੁੰਦੇ ਹੈ, ਵੋਟਾਂ ਮੰਗ ਰਹੇ ਹੁੰਦੇ ਹੈ, ਉੱਥੇ ਨਹੀਂ ਜਾਂਦੇ। ਜਿਹੜਾ ਉੱਥੋਂ ਦਾ ਡਿਪਟੀ ਮੁੱਖ ਮੰਤਰੀ ਜਾਂਦਾ ਹੈਗਾ ਬ੍ਰਜੇਸ਼ ਪਾਠਕ ਡਿਪਟੀ ਮੁੱਖ ਮੰਤਰੀ ਹੈ ਜਿਹੜਾ, ਜਦੋਂ ਉਹ ਜਾਂਦਾ ਹੈ ਤਾਂ ਉਹਦੇ ਲਈ ਕਲੀ ਪਾ ਕੇ ਉਹਦਾ ਸਵਾਗਤ ਕੀਤਾ ਜਾਂਦਾ ਹੈ। ਇਹਨੂੰ ਲੋਕ ਬਹੁਤ ਬੁਰਾ ਮਨਾ ਰਹੇ ਹੈ ਵੀ ਤੁਹਾਨੂੰ ਕਲੀਆਂ ਦੀ ਸੁੱਝ ਰਹੀ ਹੈ, ਤੁਹਾਨੂੰ ਇਹਨਾਂ ਗੱਲਾਂ ਦੀ ਸੁੱਝ ਰਹੀ ਹੈ, ਤੁਸੀਂ ਇੰਤਜ਼ਾਮ ਨਹੀਂ ਕਰਦੇ। ਦੂਜੇ ਸਵਾਲ ਇਹ ਵੀ ਉੱਠ ਰਹੇ ਹੈ ਕਿ ਉਸ ਵਾਰਡ ਦੇ ਵਿੱਚ ਸਿਰਫ 18 ਬੱਚੇ ਰੱਖਣ ਦੀ ਸਮਰੱਥਾ ਹੈ ਅਤੇ ਰੱਖੇ ਹੋਏ ਸੀ 49, 10 ਅੰਦਰਲੇ ਪਾਰਟ 'ਚ, 39 ਬਾਹਰਲੇ ਪਾਰਟ ਦੇ ਵਿੱਚ। ਬਾਹਰ ਵਾਲਿਆਂ ਨੂੰ ਤਾਂ ਕੱਢ ਲਿਆ, ਕੁਝ ਜ਼ਖਮੀ ਨੇ, ਅੰਦਰ ਵਾਲੇ 10 ਦੇ 10 ਵਿਚਾਰੇ ਮਾਰੇ ਗਏ। ਅਤੇ ਇਹ ਵੀ ਪਤਾ ਲੱਗਿਆ ਵੀ ਉਹਦਾ ਇੱਕ ਹੋਰ 51 ਬੈੱਡ ਦਾ ਇੱਕ ਹੋਰ ਵਾਰਡ ਨੀਕੂ ਤਿਆਰ ਹੋ ਗਿਆ, ਉਹ ਅਜੇ ਚਾਲੂ ਨਹੀਂ ਸੀ ਕੀਤਾ, ਨਾਲ ਹੀ ਲੱਗਦਾ ਹੈਗਾ। ਇਹ ਸਰਕਾਰੀ ਪ੍ਰਬੰਧ ਹੈ। ਅਸੀਂ ਜਿੱਥੇ ਉਹਨਾਂ ਛੋਟੇ ਮਾਸੂਮ ਕਲੀਆਂ ਵਰਗੇ ਬੱਚਿਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਉਹਨਾਂ ਦੇ ਮਾਂ ਬਾਪ, ਉਹਨਾਂ ਦੇ ਬਾਕੀ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕਰਦੇ ਹਾਂ ਸੰਗਰਾਮੀ ਲਹਿਰ ਸੰਗਰਾਮ ਟੀਵੀ ਵੱਲੋਂ, ਉੱਥੇ ਅਸੀਂ
ਯੋਗੀ ਸਰਕਾਰ ਦੀ ਜਿਹੜੀ ਇਸ ਤਰ੍ਹਾਂ ਦੀ ਗੈਰ ਇਨਸਾਨੀ ਵਰਤਾਓ ਹੈ ਉਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਅਸੀਂ ਦੇਖਿਆ ਸੀਗਾ ਗੋਰਖਪੁਰ ਦੇ ਵਿੱਚ ਜਦੋਂ ਐਨਸੈਫਲਾਈਟਸ ਨਾਲ 60-62 ਬੱਚੇ ਮਾਰੇ ਗਏ ਸੀ ਤਾਂ ਇਸਨੇ ਐਡੇ ਪੁੱਠੇ ਸਿੱਧੇ ਬਿਆਨ ਦਿੱਤੇ ਸੀ, ਬੱਚਿਆਂ ਦਾ ਖਿਆਲ ਨਹੀਂ ਕਰਦੇ, ਪੇਰੈਂਟਸ ਐਂ ਨਹੀਂ ਕਰਦੇ, ਤਾਂ ਮੌਸਮ ਦੇ ਵਿੱਚ ਮੌਤਾਂ ਹੁੰਦੀਆਂ ਹੀ ਹੁੰਦੀਆਂ ਨੇ ਵਗੈਰਾ ਵਗੈਰਾ, ਅਤੇ ਸਾਰਾ ਨਜ਼ਲਾ ਫਿਰ ਡਾਕਟਰ ਕਫੀਲ 'ਤੇ ਚਾੜਤਾ। ਹੁਣ ਪਤਾ ਨਹੀਂ ਕਿਹੜਾ ਕਫੀਲ ਨੂੰ ਲੱਭਦੇ ਆ, ਕੀ ਕਰਨਗੇ, ਆਉਣ ਵਾਲਾ ਸਮਾਂ ਦੱਸੂ। ਇਨਕੁਆਇਰੀਆਂ ਹੁੰਦੀਆਂ ਨੇ ਇਹੋ ਜਿਹੇ ਸਮਿਆਂ ਦੇ ਵਿੱਚ, ਇਹ ਐਲਾਨ ਵੀ ਕਰਤੇ ਵੀ 5 ਲੱਖ ਰੁਪਈਆ ਮਰਨ ਵਾਲਿਆਂ ਦੇ ਪਰਿਵਾਰ ਨੂੰ, ਮੋਦੀ ਨੇ ਵੀ ਐਲਾਨ ਕਰਤਾ ਮੈਂ 2 ਲੱਖ ਦੇਊਂਗਾ, ਅਤੇ ਬਿਮਾਰਾਂ ਲਈ ਜਿਹੜੇ ਜ਼ਖਮੀ ਆ ਉਹਨਾਂ ਲਈ ਵੀ 50-50 ਹਜ਼ਾਰ ਦਾ ਐਲਾਨ ਦੋਵਾਂ ਨੇ ਕੀਤਾ ਅਟੱਡ। ਪਰ ਅਸੀਂ ਉਹਨਾਂ ਬੱਚਿਆਂ ਨਾਲ, ਉਹਨਾਂ ਦੇ ਪੇਰੈਂਟਸ ਨਾਲ, ਬਹੁਤ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਦੋਸਤੋ, ਕੇਜਰੀਵਾਲ ਜੀ ਕੱਲ੍ਹ ਪੰਜਾਬ 'ਚ ਆਏ ਹੋਏ ਸੀ। ਹੁਣ ਇੱਕ ਗੱਲ ਖਿਆਲ ਕਰ ਲਿਓ ਵੀ ਜਦੋਂ ਕਰੋਨਾ ਤੋਂ ਬਾਅਦ ਜਿਸ ਕਰੋਨਾ ਦੇ ਵਿੱਚ ਲਾਸ਼ਾਂ ਸਾਂਭੀਆਂ ਨਹੀਂ ਗਈਆਂ, ਗੰਗਾ 'ਚ ਤੈਰਦੀਆਂ ਰਹੀਆਂ, ਬੜੀਆਂ ਕਵਿਤਾਵਾਂ ਅਤੇ ਵਿਅੰਗ ਬਣੇ, ਉਸ ਯੋਗੀ ਨੂੰ ਜਦੋਂ ਵਜਾ ਕੇ ਮੋਦੀ ਜੀ ਜਾਂਦੇ ਹੈ ਅਤੇ ਸਰਟੀਫਿਕੇਟ ਦਿੰਦੇ ਹੈ ਵੀ ਯੋਗੀ ਜੀ ਵਰਗਾ, ਯੂਪੀ ਵਰਗਾ ਪ੍ਰਬੰਧ ਨਹੀਂ ਕੋਈ ਕਰ ਸਕਿਆ। ਜਿਸ ਪੰਜਾਬ ਦੇ ਅੰਦਰ ਹਰ ਦੂਜੇ ਚੌਥੇ ਦਿਨ ਕੋਈ ਕਤਲ ਹੁੰਦਾ ਹੈ, ਇੱਕ ਸ਼ਰੇਆਮ ਸੜਕ ਦੇ ਉੱਤੇ ਬੰਦੇ ਆਉਂਦੇ ਆ, ਬੰਦੇ ਨੂੰ ਮਾਰ ਕੇ ਬਠਿੰਡੇ ਚੱਲ ਜਾਂਦੇ ਆ, ਅੰਮ੍ਰਿਤਸਰ ਚੱਲ ਜਾਂਦੇ ਆ, ਹੋਰਾਂ ਥਾਵਾਂ 'ਤੇ ਚੱਲ ਜਾਂਦੇ ਆ, ਕੇਜਰੀਵਾਲ ਜੀ ਆ ਕੇ ਭਗਵੰਤ ਮਾਨ ਨੂੰ ਸਰਟੀਫਿਕੇਟ ਦੇ ਰਹੇ ਆ ਮੋਦੀ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਅਵਸਥਾ ਬਹੁਤ ਹੀ ਵਧੀਆ ਹੈ। ਅਗਲਾ ਇੱਕ ਸਰਟੀਫਿਕੇਟ ਹੋਰ ਦਿੰਦੇ ਹੈ ਕਿ ਕਿਉਂਕਿ ਕੱਲ੍ਹ ਪੁਲਿਸ ਵਾਲਿਆਂ ਨੂੰ ਕੁਛ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਸੀ, ਉਹ ਕਹਿੰਦੇ ਹੈ ਵੀ ਪੰਜਾਬ ਇੱਕ ਮਾਡਲ ਸਟੇਟ ਹੈ ਅਮਨ ਕਾਨੂੰਨ ਦੀ ਵੀ, ਅਤੇ ਇਸ ਪੰਜਾਬ ਦੀ ਸਰਕਾਰ ਨੇ ਹਰ ਪਿੰਡ ਦੇ ਬੰਦੇ ਨੂੰ ਨੌਕਰੀ ਦੇ ਦਿੱਤੀ, ਹਰ ਪਿੰਡ ਦੇ ਕੋਈ ਨਾ ਕੋਈ ਬੰਦੇ ਨੂੰ ਨੌਕਰੀ ਦਿੱਤੀ ਹੈ। ਦੋਸਤੋ, ਤੁਸੀਂ ਆਹ ਸੁਣ ਰਹੇ ਹੋ, ਬਹੁਤ ਸਾਰੇ ਬੰਦੇ ਤੁਹਾਡੇ 'ਚੋਂ ਪਿੰਡਾਂ ਵਾਲੇ ਹੋਣਗੇ, ਆਪਣੇ ਆਪਣੇ ਪਿੰਡ 'ਚ ਜ਼ਰਾ ਝਾਤੀ ਮਾਰਿਓ ਵੀ ਤੁਹਾਡੇ ਪਿੰਡ 'ਚ 1 ਨੂੰ 2 ਨੂੰ 10 ਨੂੰ 20 ਨੂੰ ਕਿੰਨਿਆਂ ਨੂੰ ਨੌਕਰੀ ਮਿਲੀ ਹੈ, ਜ਼ਰਾ ਗੌਰ ਕਰਿਓ। ਮੈਨੂੰ ਨਹੀਂ ਲੱਗਦਾ ਵੀ ਅੱਧੇ ਪਿੰਡ ਦੇ ਲੋਕ ਵੀ ਇਹਨਾਂ ਨੌਕਰੀਆਂ 'ਚ ਆਏ ਹੋਣ। ਜਿਹੜਾ ਅਸਲੀ ਸਵਾਲ ਹੈ ਉਹਨੂੰ ਪਤਾ ਨਹੀਂ ਕਿਉਂ ਪਰਾਂ ਕਰ ਦਿੰਦੇ ਆ ਭਗਵੰਤ ਮਾਨ ਵੀ ਅਤੇ ਕੇਜਰੀਵਾਲ ਸਾਹਿਬ ਉਹਦੇ 'ਤੇ ਸਰਟੀਫਿਕੇਟ ਦੇਣ ਆ ਜਾਂਦੇ ਹੈ। ਅਸਲੀ ਸਵਾਲ ਇਹ ਹੈ ਕਿ ਅੱਡ ਅੱਡ ਮਹਿਕਮਿਆਂ 'ਚ ਜਿੱਦਣ ਸਰਕਾਰ ਬਣੀ ਸੀ ਕਿੰਨੀਆਂ ਪੋਸਟਾਂ ਖਾਲੀ ਸੀ, ਹੁਣ ਤੁਹਾਡੇ ਇਹ ਜਿੰਨੇ ਤੁਸੀਂ ਮਰਜ਼ੀ ਗਿਣਤੀ ਕਹਿ ਲਓ ਵੀ ਇਹਨਾਂ ਨੂੰ ਨੌਕਰੀ ਦੇ ਦਿੱਤੀ, ਇਹਦੇ ਬਾਵਜੂਦ ਹੁਣ ਕਿੰਨੀਆਂ ਖਾਲੀ ਨੇ ਇਹ ਦੱਸੋ ਜ਼ਰਾ। ਜਿਹੜੇ ਤੁਸੀਂ ਕਹਿੰਦੇ ਸੀ ਪੱਕੇ ਕਰਾਂਗੇ ਉਹ ਗੱਲਾਂ ਕਿੱਥੇ ਨੇ, ਜਿਹੜੀਆਂ ਤੁਸੀਂ ਕਹਿੰਦੇ ਸੀ ਅਸੀਂ ਓਲਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਉਹ ਗੱਲਾਂ ਕਿੱਥੇ ਨੇ? ਕੇਜਰੀਵਾਲ ਜੀ, ਟੋਬੇ ਦੇ ਗਵਾਹ ਦੇ ਡੱਡੂ ਦੀ ਤਰ੍ਹਾਂ ਗਵਾਹ ਨਾ ਬਣੋ, ਟੋਬੇ ਦਾ ਗਵਾਹ ਡੱਡੂ ਨਾ ਬਣੋ ਪਲੀਜ਼। ਇਹ ਤੁਸੀਂ ਗੁੰਮਰਾਹ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੇ ਹੁਣ ਹੋਰ ਗੁੰਮਰਾਹ ਨਹੀਂ ਹੋਣਾ ਹੈਗਾ। ਅਗਲੀ ਗੱਲ ਦੋਸਤੋ, ਕਈ ਦਿਨਾਂ ਤੋਂ ਚੱਲ ਰਹੀ ਹੈ ਵੀ ਅਡਾਨੀ ਦੇ ਘਰ ਮੀਟਿੰਗ ਹੋਈ ਜਦੋਂ ਸਰਕਾਰ ਬਣਨੀ ਸੀ ਮਹਾਰਾਸ਼ਟਰ ਦੇ ਵਿੱਚ, ਅਜੀਤ ਪਵਾਰ ਨੇ ਕਿਹਾ ਸੀਗਾ। ਹੁਣ ਕੱਲ੍ਹ ਇੰਡੀਅਨ ਐਕਸਪ੍ਰੈਸ ਨੇ ਅਜੀਤ ਪਵਾਰ ਦੀ ਇੰਟਰਵਿਊ ਲਈ, ਜਦੋਂ ਲੋਕਾਂ ਨੇ ਸਵਾਲ ਚੁੱਕ ਲਏ ਵੀ ਅਡਾਨੀ ਉੱਥੇ ਮੀਟਿੰਗ 'ਚ ਕੀ ਕਰਦਾ ਸੀ, ਰਾਜਨੀਤਿਕ ਮੀਟਿੰਗ ਸੀ, ਤਾਂ ਉਹ ਮੁੱਕਰ ਗਿਆ, ਕਹਿੰਦਾ ਨਹੀਂ ਅਡਾਨੀ ਹਾਜ਼ਰ ਨਹੀਂ ਸੀਗਾ। ਫਿਰ ਕਿਹਾ ਵੀ ਤੁਸੀਂ ਕਿਹਾ ਸੀ ਫਲਾਣੀ ਮੀਟ ਉਹਦੇ 'ਚ ਇੰਟਰਵਿਊ ਦੇ ਵਿੱਚ, ਕਹਿੰਦਾ ਮੇਰੇ ਤੋਂ ਗਲਤੀ ਨਾਲ ਕਹਿ ਹੋ ਗਿਆ ਹੋਊਗਾ, ਮੈਂ ਇਨਸਾਨ ਹਾਂ, ਇਨਸਾਨ ਗਲਤੀਆਂ ਕਰ ਲੈਂਦਾ, ਦੁਰਫਿਟੇ ਮੁਦਰੇ। ਜਦੋਂ ਫਿਰ ਪੁੱਛਿਆ ਵੀ ਫਿਰ ਹੋਈ ਕਿੱਥੇ ਸੀ,
ਕਹਿੰਦੇ ਅਡਾਨੀ ਮੀਟਿੰਗ 'ਚ ਹਾਜ਼ਰ ਨਹੀਂ ਸੀ, ਅਡਾਨੀ ਦੇ ਘਰ ਵੀ ਨਹੀਂ ਹੋਈ ਅਤੇ ਅਡਾਨੀ ਦਾ ਗੈਸਟ ਹਾਊਸ ਹੈ ਉੱਥੇ ਹੋਈ। ਉਹਨਾਂ ਨੇ ਗਾਹਾਂ ਸ਼ਰਦ ਪਵਾਰ ਨੂੰ ਪੁੱਛ ਲਿਆ ਵੀ ਜਿਹੜਾ ਮੀਟਿੰਗ ਸੀ, ਕਹਿੰਦਾ ਹਾਂ ਮੀਟਿੰਗ ਹੋਈ ਸੀ, ਮੈਂ ਗਿਆ ਸੀਗਾ, ਅਤੇ ਉਹ ਮੀਟਿੰਗ ਜਿਹੜਾ ਦਿੱਲੀ ਇਹਦਾ ਘਰ ਹੈ ਅਡਾਨੀ ਦਾ ਉੱਥੇ ਹੋਈ, ਅਤੇ ਉਹਨੇ ਸਾਨੂੰ ਰਾਤ ਦਾ ਖਾਣਾ ਵੀ ਖਵਾਇਆ ਸਾਰਿਆਂ ਨੂੰ, ਇਹ ਕਹਿ ਰਿਹਾ। ਅਤੇ ਜਿਹੜਾ ਦਵਿੰਦਰ ਫੜਨਵੀਸ ਹੈ ਉਹ ਵੀ ਮੀਟਿੰਗ 'ਚ ਹਾਜ਼ਰ ਸੀ, ਉਹਨੇ ਤੀਜੀ ਗੱਲ ਕਹਿਤੀ ਵੀ ਨਹੀਂ ਉਹਦੇ ਘਰ ਵੀ ਨਹੀਂ ਹੋਈ, ਕਿਸੇ ਹੋਰ ਹੋਈ। ਹੁਣ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ? ਕਿਤੇ ਨਾ ਕਿਤੇ ਪੂਰਾ ਸੱਚ ਕੋਈ ਵੀ ਨਹੀਂ ਬੋਲ ਰਿਹਾ ਅਤੇ ਪੂਰਾ ਝੂਠ ਵੀ ਨਹੀਂ ਬੋਲ ਰਹੇ, ਸਾਰਾ ਹੀ ਝੂਠ ਦਾ ਮਿਲਾ ਕੇ ਮਿਕਸ ਕਰਕੇ ਬੋਲ ਰਹੇ ਹੈ। ਪਰ ਜਦੋਂ ਕਹਿੰਦੇ ਹੈ ਵੀ ਐਨ 5 ਲੀਟਰ ਦੁੱਧ ਦੇ ਵਿੱਚ ਇੱਕ ਥੋੜ੍ਹੇ ਜਿਹੇ ਦੋ ਕੁਛ ਤੁਪ ਕੇ ਦਹੀਂ ਦੇ ਪੈ ਜਾਣ, ਫਿਰ ਦੁੱਧ ਦੁੱਧ ਨਹੀਂ ਰਹਿੰਦਾ, ਉਹ ਦਹੀਂ ਬਣ ਜੂਗਾ ਜਾਂ ਫਟ ਜੂਗਾ, ਅਤੇ ਉਹ ਦਹੀਂ ਨਹੀਂ ਰਹਿੰਦਾ। ਜਦੋਂ ਸੱਚ ਦੇ ਵਿੱਚ ਝੂਠ ਮਿਲਾਉਂਦੇ ਹੋ ਫਿਰ ਸੱਚ ਵੀ ਫਟ ਜਾਂਦਾ ਹੈਗਾ, ਸੱਚ ਦੀ ਅਸਰ ਨਹੀਂ ਰਹਿੰਦਾ ਉਹਦਾ। ਅਗਲੀ ਗੱਲ ਦੋਸਤੋ, ਮਨੀਪੁਰ ਦੇ ਵਿੱਚ 2 ਔਰਤਾਂ ਅਤੇ ਕੁਛ ਬੱਚਿਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਅਸਾਮ ਨਾਲ ਲੱਗਦਾ ਜਿਹੜਾ ਦਰਿਆ ਹੈਗਾ ਉਹਦੇ 'ਚੋਂ ਮਿਲੀਆਂ ਨੇ। ਉਸ ਦਰਿਆ ਦੇ ਵਿੱਚੋਂ ਮਿਲਣ ਤੋਂ ਬਾਅਦ ਜਿਹੜੇ ਉਸ ਭਾਈਚਾਰੇ ਦੇ ਲੋਕ ਹੈ ਉਹ ਗੁੱਸੇ 'ਚ ਆ ਗਏ ਅਤੇ ਉਹਨਾਂ ਨੇ ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਵਿੱਚ ਬਹੁਤ ਸਾਰੇ MLAs ਦੇ ਘਰਾਂ ਦੇ ਉੱਤੇ ਅਟੈਕ ਕਰ ਦਿੱਤੇ, ਬਹੁਤ ਸਾਰੇ ਵਹੀਕਲ ਸਾੜ ਦਿੱਤੇ ਅਤੇ ਅਲਟੀਮੇਟਮ ਦਿੱਤਾ ਵੀ ਜੇ ਤੁਸੀਂ MLA ਬਣੇ ਹੋਏ ਹੋ ਅਤੇ ਮਸਲਾ ਹੱਲ ਨਹੀਂ ਕਰਦੇ ਅਤੇ ਉਹਨਾਂ ਨੂੰ ਸਜ਼ਾ ਨਹੀਂ ਦਿੰਦੇ ਜਿਹੜੇ ਇਹੋ ਜਿਹੇ ਕਾਰੇ ਕਰਦੇ ਹੈ, ਤਾਂ ਤੁਹਾਨੂੰ MLA ਰਹਿਣ ਦਾ ਕੋਈ ਅਧਿਕਾਰ ਨਹੀਂ, ਅਸਤੀਫੇ ਦਿਓ। ਪਤਾ ਲੱਗਿਆ ਕਿ ਕੁਝ MLA BJP ਦੇ ਕੁਛ ਦਿਨਾਂ 'ਚ ਅਸਤੀਫੇ ਦੇਣ ਵਾਲੇ ਹੈ। ਅਤੇ ਉੱਧਰ ਮੋਦੀ ਜੀ ਉਹਨਾਂ ਕੋਲ ਮਨੀਪੁਰ ਜਾਣ ਦਾ ਕੋਈ ਟਾਈਮ ਨਹੀਂ ਗਾ, ਹੋਰ 50 ਥਾਵਾਂ 'ਤੇ ਜਾਣਗੇ, ਵਿਦੇਸ਼ਾਂ 'ਚ ਜਾਣਗੇ, ਪਰ ਮਨੀਪੁਰ ਨਹੀਂ ਜਾਣਗੇ, ਕਿਉਂਕਿ ਮਨੀਪੁਰ ਨੂੰ ਜਾਣ ਬੁੱਝ ਕੇ ਸਾੜਿਆ ਗਿਆ, ਆਪ ਨਹੀਂ ਸੜ ਰਿਹਾ। ਪਤਾ ਨਹੀਂ ਹੋਰ ਕਿੰਨੇ ਸੂਬੇ ਉਹਨਾਂ ਦੀ ਨਿਗਾਹ 'ਚ ਇਸ ਤਰ੍ਹਾਂ ਸਾੜਨ ਲਈ, ਸ਼ਾਇਦ ਅਸੀਂ ਜੇ ਪੰਜਾਬੀ ਸਿਆਣੇ ਨਾ ਰਹੇ ਨਾ ਸਾਡਾ ਸੂਬਾ ਵੀ ਇੱਦਾਂ ਹੀ ਸਾੜਨ ਵਾਲੇ ਪਾਸੇ ਤੋਰਿਆ ਜਾ ਸਕਦਾ ਹੈ। ਜਿਹੜੇ ਪ੍ਰਵਾਸੀ ਮਜ਼ਦੂਰ ਹੈ ਉਹਨਾਂ ਦੇ ਖਿਲਾਫ ਨਫ਼ਰਤ ਦੇ ਵਿੱਚ, ਈਸਾਈਆਂ ਦੇ ਖਿਲਾਫ ਨਫ਼ਰਤ ਦੇ ਵਿੱਚ, ਹਿੰਦੂ ਸਿੱਖਾਂ ਦੇ ਵਿੱਚ ਨਫ਼ਰਤ ਦੇ ਖਿਲਾਫ, ਖਾਲਿਸਤਾਨੀ ਗੈਰ ਖਾਲਿਸਤਾਨੀ ਦੀ ਨਫ਼ਰਤ ਦੇ ਵਿੱਚ, ਦੇਖਿਓ ਪੰਜਾਬੀ ਉਹ ਆਪਾਂ ਬਚ ਕੇ ਰਹਿਣਾ, ਮਨੀਪੁਰ ਨਹੀਂ ਬਣ ਦੇਣਾ ਪੰਜਾਬ ਨੂੰ। ਲਾਸਟ ਗੱਲ ਦੋਸਤੋ, 2019 'ਚ ਜਦੋਂ 20 ਦੇ ਵਿੱਚ ਆਹ ਕਰੋਨਾ ਆਇਆ ਤਾਂ ਉਦੋਂ ਰੇਲ ਗੱਡੀਆਂ ਦੇ ਵਿੱਚ ਜਿਹੜੇ ਸੀਨੀਅਰ ਸਿਟੀਜ਼ਨ ਹੈ ਉਹਨਾਂ ਨੂੰ ਜਿਹੜਾ ਕਨਸੈਸ਼ਨ ਮਿਲਦਾ ਸੀ ਉਹ ਬੰਦ ਕਰਤਾ ਸੀ। ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ 58 ਸਾਲ ਤੋਂ ਵੱਡੀ ਉਮਰ ਦੀਆਂ ਹੁੰਦੀਆਂ ਸੀ ਉਹਨਾਂ ਨੂੰ 50% ਰੇਟ 'ਤੇ ਟਿਕਟ ਮਿਲਦੀ ਸੀ, 50% ਮਾਫ਼ ਸੀਗਾ ਟਿਕਟ ਦਾ ਰੇਟ। ਅਤੇ ਜਿਹੜੇ ਬੰਦੇ ਅਤੇ ਹੋਰ ਨੇ ਉਹਨਾਂ ਦਾ ਨੂੰ 40% ਕਨਸੈਸ਼ਨ ਮਿਲਦਾ ਸੀ। ਕਰੋਨਾ ਲੰਘ ਗਿਆ, ਸਭ ਕੁਛ ਨਿਬੜ ਗਿਆ, ਪਰ ਆਹ ਜਿਹੜੀ ਚੀਜ਼ ਹੈ ਮੋਦੀ ਸਰਕਾਰ ਦਾ ਵਡਾਂਗਾ ਉਹ ਜਾਰੀ ਹੈ। ਕੇਰਲਾ ਦੇ ਕੁਛ ਲੋਕ ਜਿਹੜੇ ਰੋਜ਼ਾਨਾ ਟਰੈਵਲ ਕਰਦੇ ਆ ਰੇਲ ਦੇ ਵਿੱਚ, ਉਹਨਾਂ ਨੇ ਉੱਥੋਂ ਦੇ ਤਿਰੂਚੀ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਉਹ ਕਨਸੈਸ਼ਨ ਬਹਾਲ ਕੀਤੇ ਜਾਣ। ਇਹ ਮੰਗ ਸਾਰੇ ਭਾਰਤ 'ਚੋਂ ਕਿਉਂ ਨਾ ਉੱਠੇ? ਅਸੀਂ ਪੰਜਾਬੀ ਕਹਿੰਦੇ ਬਹੁਤ ਆ ਵੀ ਅਸੀਂ ਬੜੇ ਅੱਗੇ ਰਹਿੰਦੇ ਹਾਂ, ਅਸੀਂ ਕਿਉਂ ਪਿੱਛੇ ਹਾਂ? ਜਿਹੜੇ ਲੋਕ ਟਰੈਵਲ ਕਰਦੇ ਆ ਆਓ ਆਪਾਂ ਵੀ ਇਹ ਮੰਗ ਕਰੀਏ। ਅੱਜ ਦੀ ਗੱਲ 'ਚ ਇੰਨੇ, ਬਹੁਤ ਬਹੁਤ ਸ਼ੁਕਰੀਆ।